ਸਤਿ ਸ਼੍ਰੀ ਅਕਾਲ ਲੋਕਰਨ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਅੰਮ੍ਰਿਤਪਾਲ ਸਿੰਘ ਹੋਰਾਂ ਦਾ ਵੱਡਾ ਇੱਕ ਇਸ਼ੂ ਹੈ, ਹਾਲਾਂਕਿ ਗੱਲ ਹੁਣ ਤੱਕ ਕਲੀਅਰ ਤਾਂ ਨਹੀਂ ਹੋ ਪਾਈ ਹੈਗੀ ਕਿ ਅੰਮ੍ਰਿਤਪਾਲ ਗ੍ਰਿਫਤਾਰ ਹੈ ਜਾਂ ਫਰਾਰ ਹੈ। ਪੰਜਾਬ ਪੁਲਿਸ ਦੀ ਜੇਕਰ ਆਪਾਂ ਮੰਨੀਏ, ਉਹਨਾਂ ਦਾ ਤਰਕ ਦੇਖੀਏ, ਪੰਜਾਬ ਪੁਲਿਸ ਕਹਿੰਦੀ ਕਿ ਉਸ ਦਿਨ ਭੱਜ ਗਿਆ ਸੀ ਅੰਮ੍ਰਿਤਪਾਲ ਤਾਂ ਸਾਡੇ ਹੱਥ ਨਹੀਂ ਆਇਆ ਹੈਗਾ, ਜਿਹੜੇ ਚਾਰ ਸਾਥੀ ਸਾਡੇ ਹੱਥ ਆਏ ਸੀ ਉਹਨਾਂ 'ਤੇ ਕਹਿੰਦੇ ਐੱਨ ਐੱਸ ਏ ਲੱਗ ਗਏ, ਅਸੀਂ ਆਸਾਮ ਵੱਲ ਤੋਰ 'ਤੇ। ਦੂਜੇ ਪਾਸੇ ਚਾਚਾ ਸੀ ਅੰਮ੍ਰਿਤਪਾਲ ਦੇ, ਉਹ ਗ੍ਰਿਫਤਾਰ ਹੋ ਗਏ। ਅੰਮ੍ਰਿਤਪਾਲ ਹੁਣ ਤੱਕ ਫਰਾਰ ਹੈ। ਕਈ ਜਿਹੜੇ ਸਾਥੀ ਨੇ, 114 ਤੋਂ ਵੱਧ ਜਿਹੜੇ ਸਾਥੀ ਨੇ, ਉਹ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਏ। ਲਗਾਤਾਰ ਜਿਹੜੀ ਹੋਰ ਛਾਪੇਮਾਰੀ ਹੈ ਉਹ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਸ਼ੰਭੂ ਤੋਂ ਕਹਿੰਦੇ ਜਿਹੜਾ ਨਵਦੀਪ ਸੀ ਵਾਟਰ ਕਹਿੰਦੇ ਵਾਲਾ ਕਿਸਾਨ ਅੰਦੋਲਨ ਦੇ ਵੇਲੇ ਮਸ਼ਹੂਰ ਹੋਇਆ ਸੀ, ਉਹ ਵੀ ਪੰਜਾਬ ਪੁਲਿਸ ਨੇ ਚੱਕ ਲਿਆ। ਕਹਿੰਦੇ ਕਿ ਜਿਹੜੇ ਲਿੰਕ ਨੇ ਇਹਦੇ ਅੰਮ੍ਰਿਤਪਾਲ ਦੇ ਨਾਲ ਲਿੰਕ ਨੇ, ਪਿੱਛੋਂ ਸਪੋਰਟ ਕਰ ਰਹੇ ਸੀ। ISI ਦਾ ਨਾਲ ਵੇਰਵਾ ਦੇ ਕੇ ਜਿਹੜਾ ਪ੍ਰਸ਼ਾਸਨ ਹੈ, ਅਥਾਰਟੀ ਹੈ, ਉਹ ਕਹਿੰਦੇ ਕਿ ਜਿਹੜੀਆਂ ਉਹ ਫੋਰਸਿਸ ਸੀ ਜਿਹੜੀਆਂ ਦੇਸ਼ ਚੋ ਤੋੜਨ ਦੇ ਵਿੱਚ ਸਹਾਇਕ ਹੋ ਰਹੀਆਂ ਸੀ ਅੰਮ੍ਰਿਤਪਾਲ ਦੇ ਨਾਲ, ਜਾਂ ਜਿਹੜਾ ਉਹ ਫੋਰਸਿਸ ਫੰਡਿੰਗ ਕਰ ਰਹੀਆਂ ਸੀ, ਉਸ ਫੰਡਿੰਗ ਦੇ ਵਿੱਚ ਜਿਹੜਾ ਇੱਕ ਵਿੱਚ ਰਾਬਤਾ ਸੀ, ਉਹ ਰਾਬਤਾ ਸੀ ਦਲਜੀਤ ਕਲਸੀ ਦਾ। ਅਲੱਗ ਅਲੱਗ ਉਹਨਾਂ ਤੋਂ ਚੀਜ਼ਾਂ ਬਰਾਮਦ ਹੋਈਆਂ ਨੇ, ਕਹਿੰਦੇ ਕਿ ਜੋ ਅੰਮ੍ਰਿਤਪਾਲ ਹੋਰਾਂ ਨੂੰ ਸਪੋਰਟ ਕਰ ਰਹੀਆਂ ਸੀ। ਸੋ ਦਲਜੀਤ ਕਲਸੀ ਦੇ ਵੀ NSA ਲਾਤੀ, ਉਹਨਾਂ ਨੂੰ ਵੀ ਕਹਿੰਦੇ ਕਿ ਆਸਾਮ ਵੱਲ ਭੇਜਤਾ। ਹੁਣ ਵੱਡੇ ਸਵਾਲ ਖੜ੍ਹੇ ਹੁੰਦੇ ਨੇ। ਇੱਕ ਤਾਂ ਇਹ ਸਵਾਲ ਹੈ ਕਿ ਆਸਾਮ ਆਖਰ ਕਿਉਂ ਭੇਜਿਆ ਜਾ ਰਿਹਾ। ਅਸੀਂ ਲੋਕਰਨ ਚੈਨਲ ਪੰਜਾਬੀ 'ਤੇ ਜਿਹੜੇ ਸੀਨੀਅਰ ਵਕੀਲ ਨੇ ਅਮਰ ਸਿੰਘ ਚਾਹਲ, ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ, ਅਤੇ ਹੁਣ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਡਿਸਕਸ ਕਰਾਂਗੇ ਕਿ ਆਸਾਮ ਕਿਉਂ ਭੇਜੇਗਾ। ਦੂਜਾ NSA ਦਾ ਵੀ ਜ਼ਿਕਰ ਕਰਾਂਗੇ, ਅਤੇ ਅੱਗੇ ਆਪਾਂ ਹੋਰ ਖਬਰਾਂ ਦੇ ਵਿਚਾਰ ਕਰਾਂਗੇ। ਜਿਵੇਂ ਭਗਵੰਤ ਮਾਨ ਸਾਹਿਬ ਬੋਲੇ ਨੇ, ਬੀਤੇ ਕੱਲ੍ਹ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਅਰਵਿੰਦ ਕੇਜਰੀਵਾਲ ਦਾ ਇਸ ਪੂਰੇ ਮਾਮਲੇ 'ਤੇ ਕੀ ਕਹਿਣਾ, ਉਹ ਸਪੋਰਟ ਕਰਦੇ ਨੇ ਇਸ ਮਾਮਲੇ ਦੀ, ਕਿਉਂਕਿ ਇੱਕ ਗੱਲ ਤਾਂ ਆਪਾਂ ਜਾਣਦੇ ਹਾਂ ਕਿ ਸਟੇਟ ਅਤੇ ਸੈਂਟਰ ਨੇ ਮਿਲ ਕੇ ਜਿਹੜਾ ਓਪਰੇਸ਼ਨ ਸੀ ਆ ਆਰੰਭਿਆ ਸੀ। ਹੁਣ ਅਰਵਿੰਦ ਕੇਜਰੀਵਾਲ ਸਪੋਰਟ ਕਰ ਰਹੇ ਨੇ ਜਾਂ ਡਿਨਾਈ ਕਰ ਰਹੇ ਨੇ, ਇਹਦੇ 'ਤੇ ਆਪਾਂ ਵਿਚਾਰ ਚਰਚਾ ਕਰਾਂਗੇ। ਭਗਵੰਤ ਮਾਨ ਨੇ ਕੀ ਕਿਹਾ ਉਹ ਵੀ ਆਪਾਂ ਜਾਂਚਾਂਗੇ। ਪੰਜਾਬ ਸਰਕਾਰ ਦੀ ਇਹਦੇ 'ਤੇ ਕੀ ਸਟੇਟਮੈਂਟ ਹੈ, ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਦੇਖ ਰਹੀ ਹੈ, ਉਹਦੇ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਰੱਖਾਂਗੇ। ਜਿਹੜੇ ਇੰਟਰਨੈੱਟ ਦੀ ਸਹੂਲਤ ਸੀ 24 ਘੰਟਿਆਂ ਲਈ ਬੰਦ ਕੀਤੀ ਸੀ, ਪਰ 3 ਦਿਨਾਂ ਖੋਲ੍ਹਿਆ, ਉਹਦੇ 'ਤੇ ਵੀ ਗੱਲਬਾਤ ਕਰਾਂਗੇ ਕਿ ਆਖਰ ਜੇਕਰ ਅੰਮ੍ਰਿਤਪਾਲ ਨੂੰ ਪੂਰੇ ਵਰਤਾਰੇ ਨੂੰ, ਇਸ ਨੂੰ ਕਿਹਾ ਗਿਆ ਸੀ ਕਿ ਕਿਸੇ ਤਰ੍ਹਾਂ ਦੀ ਸਪੋਰਟ ਨਾ ਹੋ ਸਕੇ ਅੰਮ੍ਰਿਤਪਾਲ ਨੂੰ, ਇਸ ਕਰਕੇ ਨੈੱਟ ਬੰਦ ਕਰਤਾ, ਤਾਂ ਅੰਮ੍ਰਿਤਪਾਲ ਤਾਂ ਗ੍ਰਿਫਤਾਰ ਨਹੀਂ ਹੋਏ ਹੈਗੇ, ਹੁਣ ਫਿਰ ਆਖਰ ਨੈੱਟ ਕਿਉਂ ਖੋਲ੍ਹਿਆ, ਸਾਰੀਆਂ ਗੱਲਾਂ 'ਤੇ ਡਿਸਕਸ ਕਰਾਂਗੇ। ਪਰਮਿੰਦਰ ਜੀ, ਸਭ ਤੋਂ ਪਹਿਲਾਂ ਤਾਂ ਆਹੀ ਹੁਣ ਤੱਕ ਸਸਪੈਂਸ ਬਣਿਆ ਹੋਇਆ ਕਿ ਅੰਮ੍ਰਿਤਪਾਲ ਆਖਰ ਹੈ ਕਿੱਥੇ ਹੈ। ਦੇਖੋ, ਦੋ ਤਿੰਨ ਚੀਜ਼ਾਂ ਵਿਚਾਰਨਯੋਗ ਹੁੰਦੀਆਂ ਨੇ। ਇੱਕ ਤਾਂ ਐਸਕੇਪ ਹੋਣਾ, ਫਰਾਰ ਹੋ ਜਾਣਾ, ਲੰਘ ਗਿਆ ਪੁਲਿਸ ਦੀ ਗ੍ਰਿਫਤ 'ਚੋਂ, ਇੱਕ ਗ੍ਰਿਫਤ ਵਿੱਚ ਹੋ ਜਾਣਾ, ਅਤੇ ਦੂਜਾ ਇੱਕ ਇਹ ਗੱਲ ਹੁੰਦੀ ਹੈ ਵੀ ਕਿਤੇ ਕਿਸੇ ਸਾਜਿਸ਼ ਅਧੀਨ ਜਾਂ ਕਿਤੇ ਕਿਸੇ ਆਪਾਂ ਕਹਿ ਲਓ ਕਿ ਪਲੈਨਿੰਗ ਦੇ ਅਧੀਨ, ਨਾ ਗ੍ਰਿਫਤਾਰੀ ਦਿਖਾਉਣੀ, ਨਾ ਰਿਪੋਸ਼ ਦਿਖਾਉਣਾ, ਸਸੋਪੰਚ ਪਾ ਕੇ ਰੱਖੀ ਜਾਣਾ, ਪਰ ਸੇਫ ਸਾਈਡ ਕਰਕੇ ਕਿਸੇ ਤਰੀਕੇ ਨਾਲ ਇੱਧਰ ਉੱਧਰ ਕਰ ਲੈਣਾ ਬੰਦੇ ਨੂੰ ਜੀ, ਜਿਹੜਾ ਬਾਅਦ ਵਿੱਚ ਕਿਸੇ ਵੀ ਤਰੀਕੇ ਕੋਈ ਵੀ ਚੀਜ਼ ਅੱਗੇ ਲਿਆ ਕੇ ਰੱਖ ਦੇਣੀ ਵੀ ਆਹ ਚੀਜ਼ ਇੱਦਾਂ ਹੋਊਗੀ ਜੀ, ਉਹ ਸਾਰਾ ਕੁਛ ਪਾਵਰ ਦੇ ਹੱਥ 'ਚ ਹੁੰਦਾ, ਸੱਤਾ ਦੇ ਹੱਥ 'ਚ ਹੁੰਦਾ ਜੀ। ਹੁਣ ਇਹ ਕਹਿਣਾ ਬੜਾ ਔਖਾ ਲੱਗ ਰਿਹਾ ਕਿ ਉਹ ਰੁਪੋਸ਼ ਹੋਇਆ, ਕਿਤੇ ਫਰਾਰ ਹੋਇਆ ਜਾਂ ਗ੍ਰਿਫਤਾਰ ਹੋਇਆ, ਜਦੋਂ ਤੱਕ ਪੁਲਿਸ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਛਾਪੇਮਾਰੀ ਦਿਖਾ ਰਹੀ ਹੈ ਕਿ ਪੰਜਾਬ ਸਾਰਾ ਸੀਲ ਕੀਤਾ ਹੋਇਆ ਜੀ, ਛਾਂ ਤਾਂ ਛਾਪੇਮਾਰੀ ਹੋ ਰਹੀ ਆ ਜੀ, ਅਤੇ ਲੱਭ ਨਹੀਂ ਰਿਹਾ ਹੈਗਾ ਹੁਣ ਕਦੇ ਗੱਡੀਆਂ, ਮੀਡੀਆ ਦਾ ਜ਼ੋਰ ਖਾਸਾ ਲੱਗਿਆ ਹੋਇਆ ਹੈਗਾ, ਭਾਵੇਂ ਪੁਲਿਸ ਜ਼ਿਆਦਾ ਇੰਨਾ ਜ਼ਿਆਦਾ ਸਰਗਰਮ ਭਾਵੇਂ ਨਾ ਵੀ ਹੋਵੇ, ਪਰ ਮੀਡੀਆ ਬਹੁਤ ਬਹੁਤ ਜ਼ਿਆਦਾ ਲੱਗਿਆ ਹੋਇਆ ਵੀ ਉਹਨੂੰ ਛੇਤੀ ਕਿਤੇ ਗ੍ਰਿਫਤਾਰ ਕਰ ਲਿਆ, ਭੱਜ ਗਿਆ ਜੀ, ਉਹ ਕੱਪੜੇ ਲਾ ਕੇ ਭੱਜ ਗਿਆ ਜੀ, ਕਿਰਪਾਨ ਲਾ ਗਿਆ। ਪੁਲਿਸ ਕਰ ਰਹੀ ਹੈ ਆਪਣਾ ਕੰਮ, ਕਰਨ ਦੋ, ਉਹਦਾ ਕੰਮ ਹੈ, ਉਹਦੀ ਡਿਊਟੀ ਹੈ, ਉਹ ਪੈਸੇ ਮਿਲਦੇ, ਤਨਖਾਹ ਲੈਂਦੇ ਆ, ਜੇ ਭੱਜਿਆ ਤਾਂ ਫੜਨਾ ਉਹਦੀ ਜ਼ਿੰਮੇਵਾਰੀ ਹੈ। ਅਤੇ ਜੇ ਉਹਨਾਂ ਦੀ ਗ੍ਰਿਫਤ ਦੇ ਵਿੱਚੋਂ, ਮਤਲਬ ਜਿੱਦਾਂ ਉਹਨਾਂ ਨੇ ਕਿਹਾ ਕਿ ਅਸੀਂ 60-70 ਗੱਡੀਆਂ, 100 ਗੱਡੀਆਂ ਦੇ ਕਰੀਬ ਪਿੱਛੇ ਲਾਈਆਂ, 20-25 ਕਿਲੋਮੀਟਰ ਪਿੱਛਾ ਕੀਤਾ, ਫਿਰ ਵੀ ਨਿਕਲ ਗਿਆ, ਤਾਂ ਜਵਾਬ ਦੇ ਵੀ ਪੁਲਿਸ ਹੈ ਜੀ। ਜੇ ਕੱਲ੍ਹ ਨੂੰ ਕੋਈ 19 ਹੁੰਦੇ ਤਾਂ ਵੀ ਜਵਾਬ ਦੇ ਪੁਲਿਸ ਹੈ, ਪੁਲਿਸ ਪੰਜਾਬ ਦੀ ਪੁਲਿਸ ਹੈ ਜਾਂ ਜਿਹੜੀਆਂ ਉਹਨਾਂ ਨੇ ਕੰਪਨੀਆਂ ਬੁਲਾਈਆਂ ਨੇ, ਸਰਕਾਰ ਹੈ, ਉਹ ਸਾਰੇ ਜਵਾਬ ਦੇ ਹੋਣਗੇ ਨਾ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਵੀ। ਪਰ ਮੀਡੀਆ ਬਹੁਤ ਜ਼ਿਆਦਾ ਇਹਦੇ ਪਾਸੇ ਚੱਲਿਆ ਹੈ। ਚਲੋ ਖੈਰ, ਪਰ ਹੁਣ ਇਹ ਫਿਲਹਾਲ ਇਹ ਕਹਿਣਾ ਕਿ ਉਹ ਕਿਤੇ ਗਿਆ ਜਾਂ ਕਿੱਥੇ ਹੈ, ਇਹ ਬੜਾ ਔਖਾ ਲੱਗ ਰਿਹਾ। ਕਾਰਨ ਇਹ ਕਿ ਜਿੱਦਾਂ ਪੁਲਿਸ ਵੱਲੋਂ ਲੋਕਾਂ ਨੂੰ ਅਸਮ ਦੇ ਵਿੱਚ ਢੋਇਆ ਜਾ ਰਿਹਾ ਫਟਾਫਟ ਜੀ, ਤਾਂ ਲੱਗਦਾ ਨਹੀਂ ਕਿ ਕਿਤੇ ਮਤਲਬ ਮਹਿਸੂਸ ਨਹੀਂ ਹੁੰਦਾ ਲੋਕਾਂ ਨੂੰ ਵੀ, ਜਾਂ ਇਹ ਸ਼ੰਕੇ ਨਹੀਂ ਖੜ੍ਹੇ ਹੁੰਦੇ, ਸਵਾਲ ਨਹੀਂ ਪੈਦਾ ਹੁੰਦੇ ਵੀ ਇੰਨੀ ਜਿੰਨੀ ਉਸ ਦਿਨ ਭੱਜ ਨੱਠ ਸੀ ਜਾਂ ਜਿੰਨੀ ਮੁਸਤੈਦੀ ਉਸ ਦਿਨ ਸੀ, ਉਹ ਅੱਜ ਬਹੁਤ ਫਰਕ ਹੈ ਉਹਦੇ ਵਿੱਚ ਜੀ।
ਜੇ ਫਰਕ ਇਸ ਕਰਕੇ ਮਹਿਸੂਸ ਹੋ ਰਿਹਾ ਕਿ ਜੇ ਸ਼ਾਇਦ ਇਹ ਤਾਂ ਨਹੀਂ ਕਿਤੇ ਵੀ ਉਹ ਗ੍ਰਿਫਤਾਰ ਕਰਕੇ ਅਸਮ ਰੱਖਿਆ ਹੋਇਆ ਹੋਵੇ ਵੀ ਨਹੀਂ ਬਿਲਕੁਲ ਤੁਹਾਡੇ ਕਹਿਣ ਦਾ ਮਤਲਬ ਕਿ ਪੰਜਾਬ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਰਿਲੈਕਸ ਫੀਲ ਕਰ ਰਹੀ ਹੈ ਜਦੋਂ ਕਿ ਦੂਜੇ ਪਾਸੇ ਇਹ ਗੱਲ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਦਾ ਗ੍ਰਿਫਤਾਰ ਹੀ ਨਹੀਂ ਹੋਇਆ ਹਾਂ ਬਿਲਕੁਲ ਉਹ ਜਿਹੜੀ ਮੁਸਤੈਦੀ ਉਸ ਦਿਨ ਤੁਹਾਨੂੰ ਦਿਖ ਰਹੀ ਸੀ ਜਿਸ ਦਿਨ ਉਹਨੂੰ ਘੇਰਿਆ ਗਿਆ ਜੀ ਠੀਕ ਹੈ ਉਹ ਉਸ ਦਿਨ ਤੋਂ ਬਾਅਦ ਦੇ ਘਟਨਾਕ੍ਰਮ ਸਾਰਾ ਦੇਖ ਲਓ ਥਾਂ ਥਾਂ ਬਸ ਫਲੈਗ ਮਾਰਚ ਜ਼ਰੂਰ ਹੋ ਰਹੇ ਹੈ ਜਿੱਥੇ ਕਿਤੇ ਪਤਾ ਲੱਗਦਾ ਕਿਉਂਕਿ ਉਹਦੇ ਬੰਦੇ ਉੱਥੇ ਮਾੜਾ ਮੋਟਾ ਜਾ ਕੇ ਉਹਨਾਂ ਨੂੰ ਡਿਟੇਨ ਕਰ ਲਿਆ ਜਾਂ ਪੁੱਛਗਿੱਛ ਕਰ ਲਈ ਜਾਂ ਹਿਰਾਸਤ 'ਚ ਲੈ ਲਿਆ ਜਿਹੜੇ ਬਹੁਤ ਗਰੀਬ ਵੀ ਸੀਗੇ ਪਰ ਕਿਤੇ ਇੱਦਾਂ ਨਹੀਂ ਮਹਿਸੂਸ ਹੋ ਰਿਹਾ ਕਿਤੇ ਵੀ ਬਹੁਤ ਜ਼ਿਆਦਾ ਮੁਸਤੈਦੀ ਵਰਤੀ ਜਾ ਰਹੀ ਹੈ ਅਤੇ ਸਾਰੇ ਪਾਸੇ ਸੀਲ ਹੋਇਆ ਹੋਇਆ ਪੰਜਾਬ ਠੀਕ ਹੈ ਚਾਰੇ ਪਾਸੇ ਤੋਂ ਅਤੇ ਇਕੱਲੇ ਇਕੱਲੇ ਥਾਂ ਦੀ ਤਲਾਸ਼ੀ ਜਾਂ ਸੜਕਾਂ ਬੰਦ ਕਰਕੇ ਦੇਖਿਆ ਜਾ ਰਿਹਾ ਵੀ ਕਿੱਥੇ ਅੰਮ੍ਰਿਤਪਾਲ ਹੈ ਉਹਦੇ ਤੋਂ ਲੱਗਦਾ ਕਿ ਕਿਤੇ ਨਾ ਕਿਤੇ ਪੁਲਿਸ ਦੇ ਹੱਥ ਜਿਹੜਾ ਹੈਗਾ ਉਹ ਅੰਮ੍ਰਿਤਪਾਲ ਲੱਗਿਆ ਹੋਇਆ ਅਤੇ ਉਹਨੂੰ ਜਿਹੜਾ ਪੁੱਛਗਿੱਛ ਲਈ ਜਾਂ ਕਿਤੇ ਵੀ ਕਿਸੇ ਵੀ ਤਰ੍ਹਾਂ ਜਾਂ ਜੇਲ੍ਹ ਭੇਜ ਤੱਕ ਪਰਚਾ ਦੇ ਕੇ ਕਿਉਂਕਿ ਜਿਹੜਾ ਕਾਨੂੰਨ ਲੱਗਿਆ ਉਹਨਾਂ 'ਤੇ ਐਕਟ ਲੱਗਿਆ ਉਹਦੇ ਤਹਿਤ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਅਪੀਲ ਦਲੀਲ ਜੀ ਉਹ ਸਾਰਾ ਕੁਛ ਫਿਰ ਬਾਅਦ ਦੇ ਵਿੱਚ ਨਸ਼ਰ ਹੋਏਗਾ ਜਾਂ ਜਿਵੇਂ ਪਟੀਸ਼ਨ ਪਾਈ ਆ ਹੁਣ ਹਾਈ ਕੋਰਟ ਦੇ ਵਿੱਚ ਉੱਥੇ ਵੀ ਸੱਚ ਸਾਹਮਣੇ ਆਉਣ ਦੀ ਉਮੀਦ ਲਾਈ ਜਾ ਸਕਦੀ ਆਸ ਹੈਗੀ ਕਿ ਪੁਲਿਸ ਕਿਤੇ ਨਾ ਕਿਤੇ ਜਾ ਕੇ ਉੱਥੇ ਸੱਚ ਦੱਸ ਦੇਵੇ ਜਾਂ ਜੋ ਉਹਨਾਂ ਦੀ ਪਲੈਨਿੰਗ ਆ ਉਹਦੇ ਬਾਰੇ ਦੱਸ ਸਕੇ ਜੀ ਬਿਲਕੁਲ ਅਤੇ ਪਰਮਿੰਦਰ ਜੀ ਇਹਦੇ 'ਤੇ ਜੇ ਆਪਾਂ ਥੋੜ੍ਹਾ ਜਿਹਾ ਪਹਿਲਾਂ ਗੱਲ ਕਰ ਲਈਏ ਕਿ ਭਗਵੰਤ ਮਾਨ ਸਾਹਿਬ ਵੀ ਬੋਲੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਬੋਲੇ ਨੇ ਬੀਤੇ ਕੱਲ੍ਹ ਧਾਲੀਵਾਲ ਸਾਹਿਬ ਨੇ ਵੀ ਸਰਕਾਰ ਦਾ ਪੱਖ ਰੱਖਿਆ ਸੀ ਬਿਆਨ ਕੀ ਕਹਿੰਦੇ ਨੇ ਹਾਂ ਮੈਂ ਇਹ ਬਿਆਨ ਤਾਂ ਦੇਖੋ ਸਿਆਸੀ ਬਿਆਨ ਉਹਨਾਂ ਨਾਲ ਇਹਨਾਂ ਘਟਨਾਵਾਂ ਦਾ ਕੋਈ ਬਹੁਤਾ ਸੰਬੰਧ ਨਹੀਂ ਹੁੰਦਾ ਹਰੇਕ ਬੰਦਾ ਕਿਸੇ ਦੀ ਵੀ ਸਰਕਾਰ ਹੋਵੇ ਹਰੇਕ ਬੰਦਾ ਚਾਹੁੰਦਾ ਕਿ ਉਹ ਸ਼ਾਬਾਸ਼ੀ ਲੈ ਲਵੇ ਆਪਣੀ ਪਿੱਠ ਆਪ ਹੀ ਥਾਪੜਦੇ ਆ ਸਾਰੇ ਥਾਪੜਦੇ ਥਾਪੜ ਦੀ ਵੀ ਚਾਹੀਦੀ ਸੱਤਾ ਹੈ ਉਹਨਾਂ ਦੀ ਉਹਨਾਂ ਦਾ ਕੰਮ ਇਹੀ ਆ ਰਾਜਸੀ ਪਾਰਟੀਆਂ ਦਾ ਕੰਮ ਸੱਤਾ 'ਚ ਹਾਸਲ ਕਰਨਾ ਔਰ ਆਪਣੀ ਪਿੱਠ ਥਪਥਪਾਉਂਦੇ ਰਹਿਣਾ ਆਪਣੇ ਸਿਹਰੇ ਬੰਨਦੇ ਰਹਿਣਾ ਕਿ ਅਸੀਂ ਕੰਮ ਇਹ ਕਰਤਾ ਚਾਹੇ ਕਿਸੇ ਨੇ ਕੀਤਾ ਕਿਸੇ ਨਹੀਂ ਕੀਤਾ ਹੋਇਆ ਜਾਂ ਨਹੀਂ ਹੋਇਆ ਕਿਸੇ ਦਾ ਚੰਗਾ ਹੋਇਆ ਬੁਰਾ ਹੋਇਆ ਪਰ ਇਹ ਹਮੇਸ਼ਾ ਚੰਗਾ ਹੀ ਕਹਿੰਦੇ ਨੇ ਇਹ ਗੱਲ ਸਿਆਸੀ ਬਿਆਨ ਇਸ ਨਾਲੋਂ ਥੋੜ੍ਹਾ ਜਿਹਾ ਅਲੱਗ ਹੁੰਦੇ ਨੇ ਇਹ ਗੱਲ ਜ਼ਰੂਰ ਹੈ ਮੰਨਦੇ ਹਾਂ ਆਪਾਂ ਕਿ ਪੰਜਾਬ ਦੇ ਲੋਕਾਂ ਨੇ ਸਮਝਦਾਰੀ ਬਹੁਤ ਦਿਖਾਈ ਆ ਜੇ ਪੰਜਾਬ ਦੇ ਲੋਕ ਐਵੇਂ ਹੀ ਕਿਸੇ ਦੀਆਂ ਗੱਲਾਂ 'ਚ ਆ ਕੇ ਐਵੇਂ ਸੜਕਾਂ ਦੇ ਉੱਤਰੇ ਹੁੰਦੇ ਐਵੇਂ ਹੀ ਉਹ ਕੋਈ ਹਿੰਸਾ ਦਿਖਾਈ ਹੁੰਦੀ ਜਾਂ ਐਵੇਂ ਹੀ ਮਗਰ ਲੱਗ ਕੇ ਲਲਾ ਲਲਾ ਕਰਦੇ ਪੰਜਾਬ ਦੇ ਨੌਜਵਾਨ ਇੱਦਾਂ ਸੜਕਾਂ 'ਤੇ ਉੱਤਰ ਆਉਂਦੇ ਜਾਂ ਕੋਈ ਹੋਰ ਗੱਲਬਾਤ ਹੋ ਜਾਂਦੀ ਤਾਂ ਮੇਰੇ ਖਿਆਲ ਨਾਲ ਉਹ ਮੰਦਭਾਗੀ ਚੀਜ਼ ਹੋਣੀ ਸੀਗੀ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਔਰ ਉਹ ਨੁਕਸਾਨ ਬਹੁਤ ਵੱਡਾ ਕਰਦਾ ਸਰਕਾਰ ਨੂੰ ਵੀ ਹੋ ਸਕਦਾ ਜੇਕਰ ਆਪਾਂ ਇੱਕ ਵਾਰ ਮੰਨ ਵੀ ਲਈਏ ਕਿ ਅੰਮ੍ਰਿਤਪਾਲ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਹੋ ਸਕਦਾ ਸਰਕਾਰ ਵੀ ਇਸ ਮਾਮਲੇ ਨੂੰ ਕੁਛ ਦਿਨ ਸ਼ੋਕ ਨਹੀਂ ਕਰਨਾ ਚਾਹੁੰਦੀ ਹੋਣੀ ਵੀ ਇੱਕ ਲੱਖ ਤੋਂ ਜੇਕਰ ਪ੍ਰੈਸ਼ਰ ਕ੍ਰੀਏਟ ਹੋ ਜਾਊਗਾ ਲੋਕ ਸੜਕਾਂ 'ਤੇ ਆ ਜਾਣਗੇ ਇੱਕਦਮ ਕਹਿ ਦਾਂਗੇ ਆਪਾਂ ਕਿ ਜੇਕਰ ਗ੍ਰਿਫਤਾਰ ਕਰਕੇ ਅੰਮ੍ਰਿਤਪਾਲ ਨੂੰ ਦਿੱਲੀ ਭੇਜ ਦਾਂ ਜਾਂ ਕਿਤੇ ਹੋਰ ਭੇਜ ਨਹੀਂ ਇਹਦੇ ਪਿੱਛੇ ਦੋ ਤਿੰਨ ਕਾਰਨ ਹੈਗੇ ਨੇ ਪਹਿਲਾਂ ਆਪਾਂ ਜਿਹੜੀ ਤੁਸੀਂ ਬਿਆਨ ਵਾਲੀ ਗੱਲ ਹੈ ਉਹਦੇ ਵਿੱਚ ਇੱਕ ਗੱਲ ਕੰਪਲੀਟ ਕਰਦਾ ਥੋੜ੍ਹਾ ਜਿਹਾ ਕੇਜਰੀਵਾਲ ਸਾਹਿਬ ਦਾ ਬਿਆਨ ਜਿਹੜਾ ਆਇਆ ਉਹ ਸੁਣਾ ਹੀ ਹੋਊਗਾ ਲੋਕਾਂ ਨੇ ਉਹ ਕਹਿੰਦੇ ਕਿ ਅਸੀਂ ਪੰਜਾਬ ਦੇ ਲਈ ਅਸੀਂ ਕੇਂਦਰ ਤੋਂ ਮਦਦ ਮੰਗੀ ਸੀ ਅਤੇ ਕੇਂਦਰ ਨੇ ਪੂਰੀ ਮਦਦ ਕੀਤੀ ਹੈ ਸਹਿਯੋਗ ਦਿੱਤਾ ਕਹਿੰਦੇ ਉਹ ਸ਼ਲਾਘਾਯੋਗ ਹੈ ਪ੍ਰਸ਼ੰਸਾ ਕਰਦੇ ਹਾਂ ਅਸੀਂ ਉਹਦੀ ਹੈ ਨਾ ਉਹ ਕਹਿੰਦੇ ਦਿੱਲੀ ਵਿੱਚ ਵੀ ਅਸੀਂ ਸਹਿਯੋਗ ਮੰਗ ਰਹੇ ਸਾਨੂੰ ਦਿੱਲੀ ਵਿੱਚ ਵੀ ਸਹਿਯੋਗ ਦੇਵੇ ਕੇਂਦਰ ਯਾਨੀ ਕਿ ਕੇਂਦਰ ਦੀ ਨੌਲੇਜ 'ਚ ਸਾਰਾ ਕੁਛ ਹੈਗਾ ਅਤੇ ਕੇਂਦਰ ਇਹ ਕੰਮ ਕਰ ਰਹੀ ਹੈ ਇਹ ਸਾਫ਼ ਗੱਲ ਹੈ ਠੀਕ ਹੈ ਜੋ ਸਟੇਟ ਦੀ ਸਰਕਾਰ ਜਾ ਕੇ ਗੱਲ ਕਰਦੀ ਹੈ ਸੂਬੇ ਦੀ ਜਿਹੜੀ ਸਥਿਤੀ ਹੈ ਉਹਦੇ ਬਾਬਤ ਕਿ ਸ਼ਾਂਤੀ ਬਣਾਈ ਰੱਖੇ ਤਾਂ ਉਸ ਜੇ ਕੇਂਦਰ ਸਹਿਯੋਗ ਦਿੰਦੀ ਹੈ ਉਹ ਕਲੀਅਰ ਵੀ ਕਰਤਾ ਅਗਲਿਆਂ ਨੇ ਵੀ ਕੇਂਦਰ ਦੇ ਸਹਿਯੋਗ ਨਾਲ ਹੋ ਰਿਹਾ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਇੱਕਦਮ ਗ੍ਰਿਫਤਾਰੀ ਵਾਲੀ ਗੱਲ ਕਰਨ ਨਾਲ ਵੀ ਬੁਖਲਾਹਟ ਪੈਦਾ ਹੋ ਸਕਦੀ ਸੀ ਸਮਾਜ ਦੇ ਵਿੱਚ ਜਾਂ ਨੌਜਵਾਨਾਂ 'ਚ ਉਹ ਗੱਲ ਵੀ ਹੈ ਮੰਨਣ ਯੋਗ ਹੈਗੀ ਹੈ ਬਿਲਕੁਲ ਪਰ ਇਹ ਗੱਲ ਤਾਂ ਇਹ ਆ ਨਾ ਜੇ ਜਿਹੜੀ ਗੱਲ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਕਰਨੀ ਸੀ ਉਹ ਉਹਦੇ ਨਾਲ ਚਾਹੇ ਉਹਨਾਂ ਨੇ ਭੱਜ ਦੌੜ ਕੀਤੀ ਚਾਹੇ ਅਜਨਾਲੇ ਵਾਲਾ ਕਾਂਡ ਹੋਇਆ ਚਾਹੇ ਕੁਛ ਹੋਇਆ ਲੇਕਿਨ ਪੁਲਿਸ ਨੇ ਜਿਹੜੀ ਕੀਤੀ ਹੈ ਉਹ ਇੱਕ ਉਹਦੇ ਨਾਲ ਇੱਕ ਇਹ ਗੱਲ ਤਾਂ ਹੈ ਕਿ ਸੂਬੇ ਦੇ ਵਿੱਚ ਨੌਜਵਾਨਾਂ ਦੇ ਵਿੱਚ ਖਾਸ ਕਰ ਸਿੱਖ ਨੌਜਵਾਨਾਂ ਦੇ ਵਿੱਚ ਕੋਈ ਐਸੀ ਬੁਖਲਾਹਟ ਪੈਦਾ ਨਹੀਂ ਹੋਈ ਜਿਹਦੇ ਕਰਕੇ ਮਾਹੌਲ ਵਿਗੜ ਜਾਂਦਾ ਸੋ ਮੈਂ ਇਸ ਗੱਲ ਦੀ ਪ੍ਰੋੜਤਾ ਕਰਦਾ ਕਿ ਨੌਜਵਾਨਾਂ ਨੂੰ ਅੱਜ ਸਾਂਭ ਕੇ ਰੱਖਣ ਦੀ ਲੋੜ ਹੈ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ ਬੱਚੇ ਬੱਚੀਆਂ ਨੇ ਉਹਨਾਂ ਨੂੰ ਨਹੀਂ ਪਤਾ ਗਲਤ ਕੀ ਹੈ ਠੀਕ ਕੀ ਹੈ ਦੇਖੋ ਜੋ 84 ਦੇ ਵਿੱਚ ਹੋਇਆ ਨਾ ਜਾਂ 84 ਤੋਂ ਬਾਅਦ ਹੋਇਆ ਉਹ ਜਿਨ੍ਹਾਂ ਦੇ ਘਰਾਂ 'ਚ ਵਾਪਰਿਆ ਜਿਹਦੇ ਜਿਹੜੇ ਪੀੜਿਤ ਨੇ ਇੱਥੇ ਤਾਂ ਹੀਕਾਂ ਥਾਪੜਦੇ ਫਿਰੀ ਜਾਂਦੇ ਨੇ ਨਾ ਲੋਕ ਸੀ ਵੀ ਅਸੀਂ ਅਸੀਂ ਨਾਲ ਆਏ ਅਸੀਂ ਉਹ ਕਰਦੇ
ਉਹ ਪਰਿਵਾਰਾਂ ਨੂੰ ਦੇਖਣ ਜਾ ਕੇ ਜੀ, ਉਹਨਾਂ ਪਰਿਵਾਰਾਂ ਨੂੰ ਪੁੱਛਣ ਕਿ ਭਾਈ ਕੀ ਹੰਝੂ ਸੁੱਕੇ ਪਏ ਨੇ ਮਾਂ ਬਾਪ ਦੇ, ਅੱਖਾਂ ਤਰਸ ਰਹੀਆਂ ਨੇ ਪੁੱਤਾਂ ਨੂੰ ਦੇਖਣ ਦੇ ਲਈ, ਲਾਸ਼ਾਂ ਤੱਕ ਨੂੰ ਦੇਖਣ ਲਈ ਤਰਸ ਰਹੇ ਨੇ ਜੀ ਕਿ ਸਾਡੇ ਬੱਚਿਆਂ ਦੀਆਂ ਲਾਸ਼ਾਂ ਹੀ ਮਿਲ ਜਾਣ। ਅਤੇ ਫਿਰ ਆਪਾਂ ਗੱਲ ਕਰ ਦਿੰਦੇ ਕਿ ਪੁਲਿਸ ਦਾ ਕੰਮ ਹੈ ਜੀ, ਸਰਕਾਰ ਦਾ ਕੰਮ ਹੈ ਜੀ, ਜਦੋਂ ਸਾਨੂੰ ਪਤਾ ਕਿ ਸਾਡੇ ਵਿੱਚ ਉਹ ਸਥਿਤੀ, ਉਹ ਪਾਵਰ, ਉਹ ਹਲੇ ਸਾਡੇ ਕੋਲ ਯੋਗਤਾ ਨਹੀਂ ਹੈਗੀ ਕਿ ਕਿਸੇ ਵੱਡੀ ਪਾਵਰ ਨਾਲ ਮੱਥਾ ਲਾਇਆ ਜਾ ਸਕੇ, ਤਾਂ ਸਾਨੂੰ ਲੋੜ ਹੈਗੀ ਹੈ ਕਿ ਆਪਣੇ ਬੱਚਿਆਂ ਨੂੰ ਸਮਝਾ ਦਈਏ ਜੀ ਕਿ ਜੋ 84 'ਚ ਹੋਇਆ ਨਾ ਅਸੀਂ ਨਹੀਂ ਕਰਨਾ ਚਾਹੁੰਦੇ ਹਲੇ, ਤੁਸੀਂ ਪਾਵਰਫੁੱਲ ਬਣੋ, ਤੁਸੀਂ ਸੱਤਾ 'ਚ ਆਓ, ਕਰ ਲਓ ਜੋ ਕਰਨਾ, ਤੁਸੀਂ ਚੰਗੀ ਸੋਚ ਵਾਲੇ ਬਣ ਜਾਓ, ਤੁਸੀਂ ਸੱਤਾ 'ਚ ਆ ਜਾਓ, ਤੁਸੀਂ ਲੋਕਾਂ ਨੂੰ ਮਗਰ ਲਾਉਂਦੇ ਹੋ, ਇੰਨੇ ਸਿਰ ਦੇਣ ਦੀਆਂ ਗੱਲਾਂ ਕਰਕੇ ਮਗਰ ਲਾ ਲੈਂਦੇ ਹੋ, ਤੁਸੀਂ ਸੱਤਾ ਵਿੱਚ ਆਉਣ ਲਈ ਮਗਰ ਲਾਓ ਜੀ, ਤੁਸੀਂ ਆਪ ਚੰਗੇ ਸ਼ਾਸਕ ਬਣੋ, ਤੁਸੀਂ ਆਪ ਬੱਚਿਆਂ ਨੂੰ ਕਹੋ ਵੀ ਤੁਸੀਂ ਚੰਗੇ ਸ਼ਾਸਕ ਬਣੋ, ਤੁਸੀਂ ਆਪ ਕੰਟਰੋਲ 'ਚ ਕਰੋ ਸਾਰੀਆਂ ਚੀਜ਼ਾਂ। ਜਦੋਂ ਸੱਤਾ 'ਚ ਆ ਗਏ ਪੰਜਾਬ ਦੀ ਸੱਤਾ ਤੋਂ, ਫਿਰ ਜਦੋਂ ਜਿਹੜੇ ਸੱਤਾ 'ਚ ਬੈਠਦੇ ਆ, ਫਿਰ ਜਦੋਂ ਉਹਨਾਂ ਦੀ ਗੱਲ ਕਰਦੇ ਕਿ ਫਲਾਣੇ ਨੂੰ ਲਿਆਉਂਦਾ ਜੀ, ਫਲਾਣੇ ਨੂੰ ਲਿਆਉਂਦਾ, ਫਿਰ ਉਹ ਗਦਾਰ ਬਣ ਗਏ ਜੀ। ਜੇ ਕਿਸੇ ਨੇ ਗਦਾਰੀ ਕਰਨੀ ਹੋਈ ਆ ਭਾਈ, ਜੇ ਤੁਹਾਨੂੰ ਲੱਗਦਾ ਕਿ ਸੱਤਾ 'ਚ ਆ ਕੇ ਹਰੇਕ ਬੰਦਾ ਗਦਾਰੀ ਕਰਦਾ ਹੈ, ਫਿਰ ਸਿਰ ਦੇਣ ਦੀ ਕੀ ਲੋੜ ਹੈ ਜੀ। ਜਿਨ੍ਹਾਂ ਨੇ ਪਹਿਲਾਂ ਸਿਰ ਲੈਣ ਦੀਆਂ ਗੱਲਾਂ ਕੀਤੀਆਂ, ਠੀਕ ਹੈ, 84 ਦੇ ਵੇਲੇ ਜੇ ਤੁਸੀਂ ਦੇਖੋਗੇ, ਜਿਨ੍ਹਾਂ ਨੇ ਕਿਹਾ ਕਿ ਸਿਰ ਦੇ ਦਾਂਗੇ ਅਸੀਂ, ਜਾਨਾਂ ਮਾਰ ਦਾਂਗੇ, ਕੁਰਬਾਨੀਆਂ ਕਰ ਦਾਂਗੇ, ਵਿਦੇਸ਼ਾਂ 'ਚ ਬੈਠੇ ਮੌਜਾਂ ਮਾਣ ਰਹੇ ਨੇ ਅੱਜ ਵੀ ਜੀ। ਪਰਮਿੰਦਰ ਜੀ, ਇੱਕ ਗੱਲ ਇੱਕ ਹੋਰ ਇੱਥੇ ਬੜੀ ਅਹਿਮ ਹੈ, ਉਹ ਗੱਲ ਹੈਗੀ ਹੈ ਕਿ ਪੰਜਾਬ ਪੁਲਿਸ ਨੂੰ ਕਹਿੰਦੇ ਨੇ ਕਿ ਜਲੰਧਰ ਦੇ ਨੇੜਿਓਂ ਕੋਈ ਪਿੰਡ ਹੈ, ਉਸ ਪਿੰਡ ਦੇ ਵਿੱਚੋਂ ਇੱਕ ਬਰੀਜ਼ਾਕਾਰ ਮਿਲੀ ਹੈ ਅਤੇ ਉਸ ਬਰੀਜ਼ਾਕਾਰ ਦੇ ਵਿੱਚੋਂ ਅੰਮ੍ਰਿਤਪਾਲ ਦੇ ਕੱਪੜੇ ਮਿਲੇ ਨੇ। ਇੱਧਰ 'ਤੇ ਪੰਜਾਬ ਪੁਲਿਸ ਕਹਿੰਦੀ ਹੈ ਕਿ ਅੰਮ੍ਰਿਤਪਾਲ, ਮਤਲਬ ਸ਼ੱਕ ਹੈ ਉਹਨਾਂ ਨੂੰ, ਕਿਤੇ ਕਹਿੰਦੇ ਕਿ ਭੇਸ ਬਦਲ ਕੇ ਨਾ ਭੱਜ ਗਿਆ ਹੋਵੇ, ਕਿ ਸਾਨੂੰ ਜਲੰਧਰ ਦੇ ਨੇੜਿਓਂ ਇੱਕ ਕਾਰ ਮਿਲੀ ਹੈ, ਉਸ ਕਾਰ ਦੇ ਵਿੱਚ ਅੰਮ੍ਰਿਤਪਾਲ ਦੇ ਕੱਪੜੇ ਨੇ। ਹੁਣ ਪੁਲਿਸ ਇਹ ਗੱਲਾਂ ਪਤਾ ਨਹੀਂ ਕਿਉਂ ਕਰ ਰਹੀ ਹੈ, ਸਮਝ ਨਹੀਂ ਆਉਂਦਾ। ਦੇਖੋ, ਕੋਈ ਵੀ ਬੰਦਾ ਇੱਦਾਂ ਇੰਨਾ ਕੁ ਦਿਮਾਗ ਵਾਲਾ ਤਾਂ ਹੁੰਦਾ ਹੀ ਹੈ, ਕੋਈ ਬੰਦਾ ਵੀ ਪਹਿਲਾਂ ਤਾਂ ਕਾਰ ਦੇ ਵਿੱਚ ਕੱਪੜੇ ਕਿਉਂ ਛੱਡੂ ਆਪਣੀ ਚੀਜ਼ਾਂ, ਜੇ ਕੋਈ ਹੁਣ ਇੰਨੇ ਘੰਟਿਆਂ ਬਾਅਦ ਬਰੇਜ਼ਾ ਕਾਰ ਮਿਲਦੀ ਹੈ ਤਾਂ ਕੱਪੜੇ ਕਿਉਂ ਛੱਡੂਗਾ, ਜਾਂ ਕਹਿੰਦੇ ਅਸਲਾ ਛੱਡ ਕੇ ਭੱਜ ਗਈ ਜਾਂ ਕੁਛ। ਠੀਕ ਹੈ, ਉਹ ਇਹ ਵੀ ਕਹਿ ਰਹੇ ਨੇ ਕਿ ਜਿਹੜੀਆਂ 3 ਗੱਡੀਆਂ ਸੀਗੀਆਂ ਉਹ ਅਲੱਗ ਗਈਆਂ ਨੇ, ਮਰਸੀਡੀ ਹੈ ਜਾਂ ਫੋਰਚੂਨਰ ਨੇ, 2 ਇੱਕ ਹੋਰ ਗੱਡੀ ਦੱਸਦੇ ਆ, ਉਹ ਅਲੱਗ ਹੋ ਗਈਆਂ, ਇਕੱਲੀ ਬਰੇਜ਼ਾ ਅਲੱਗ ਗਈ ਆ। ਤਾਂ ਬਰੇਜ਼ਾ ਦੇ ਵਿੱਚ ਜਿਹੜੇ ਬੈਠੇ ਨੇ ਉਹ ਕਾਰ ਦੇ ਵਿੱਚ ਬੈਠੇ ਨੇ, ਤਾਂ ਉਹ ਕਾਰ ਦੇ ਵਿੱਚ ਲੱਗਦਾ ਕਿ ਅੰਮ੍ਰਿਤਪਾਲ ਆ ਜਿਹੜਾ ਉਹ ਫਰਾਰ ਹੋਇਆ, ਇਹ ਵੀ ਦੱਸ ਰਿਹਾ ਕਿ ਸ਼ਾਇਦ ਉੱਥੋਂ ਹਰਿਆਣੇ ਜਾਂ ਰਾਜਸਥਾਨ ਵਾਲੇ ਪਾਸੇ ਨੂੰ ਨਿਕਲ ਗਿਆ ਉਹ। ਇਹ ਉਹਨਾਂ ਦੀ ਆਪਾਂ ਕਹਿ ਸਕਦੇ ਕਿ ਤਫਤੀਸ਼ ਦਾ ਹਿੱਸਾ ਹੈ, ਉਹਨਾਂ ਦੀ ਜਾਂਚ ਦਾ ਹਿੱਸਾ ਹੈ, ਜਾਂ ਉਹ ਜਿਹੜੇ ਛਾਪੇਮਾਰੀ ਹੋ ਰਹੀ ਆ ਉਹਨਾਂ ਦਾ ਹਿੱਸਾ ਹੈ। ਉਹ ਕਿਉਂ ਕਹਿ ਰਹੀ ਹੈ ਜਾਂ ਕਿਉਂ ਇੱਦਾਂ ਦੀ ਗੱਲ ਕਰ ਰਿਹਾ, ਉਹ ਇਹੀ ਦੱਸ ਸਕਦੇ ਨੇ। ਆਪਾਂ ਇਹ ਗੱਲ ਕਰ ਸਕਦੇ ਕਿ ਉਹਦੇ 'ਤੇ ਸਵਾਲ ਤਾਂ ਇਹੀ ਉੱਠਦੇ ਨੇ ਕਿ ਜੇ ਕੋਈ ਬੰਦਾ ਐਸਕੇਪ ਹੋ ਰਿਹਾ, ਘੱਟੋ ਘੱਟ ਉਹਨੂੰ ਪਤਾ ਕਿ ਮੈਂ ਪਿੱਛੇ ਨਿਸ਼ਾਨੀ ਨਾ ਛੱਡ ਕੇ ਜਾਵਾਂ, ਇਹ ਤਾਂ ਚੋਰ ਨੂੰ ਵੀ ਪਤਾ ਹੁੰਦਾ ਜੀ। ਜੇ ਆਪਾਂ ਗੱਲ ਕਰਦੇ ਕਿ ਪਹਿਲਾਂ ਪਲੈਨਿੰਗ ਸੀਗੀ 3 ਗੱਡੀਆਂ ਸਾਈਡ 'ਤੇ ਲੈ ਕੇ ਜਾਣੀਆਂ, ਅਤੇ ਉਹ ਪਲੈਨਿੰਗ ਦੇ ਤਹਿਤ ਹੋਇਆ, ਅਤੇ ਤਾਂ ਕਿ ਮਰਸਡੀ ਨੂੰ ਦੇਖ ਕੇ ਪੁਲਿਸ ਉੱਧਰਲੇ ਪਾਸੇ ਉਹਨਾਂ ਗੱਡੀਆਂ ਦਾ ਪਿੱਛਾ ਕਰੇ, ਆਪ ਛੋਟੀ ਗੱਡੀ 'ਚ ਬਹਿ ਕੇ ਨਿਕਲ ਜੇ, ਤਾਂ ਇਹ ਗੱਲ ਇੰਨਾ ਕੁ ਜੇ ਐਡਾ ਦਿਮਾਗ ਬੰਦਾ ਪਹਿਲਾਂ ਹੀ ਵਰਤ ਰਿਹਾ ਪਲੈਨਿੰਗ ਵਾਲਾ, ਫਿਰ ਇਹ ਵੀ ਦਿਮਾਗ ਵਰਤਿਆ ਜਾ ਸਕਦਾ ਕਿ ਇੱਦਾਂ ਦਾ ਕੱਪੜੇ ਕੁੱਪੜੇ ਜਾਂ ਆਮ ਨਿਸ਼ਾਨੀਆਂ ਜਾਂ ਛੱਡ ਕੇ ਕਿਉਂ ਜਾਊਗਾ, ਉਹਨਾਂ ਨੂੰ ਬਿਜਲੀ ਲਾਊਗਾ ਹੀ ਲਾਊਗਾ। ਬਿਲਕੁਲ, ਇੱਕ ਗੱਲ ਉਹ ਵੀ ਬੜੀ ਮੇਨ ਹੈ ਕਿ NSA ਲਾਇਆ ਗਿਆ, ਹਾਲਾਂਕਿ ਵਿਰੋਧ ਵੀ ਹੋ ਰਿਹਾ NSA ਦਾ, ਕਿਉਂਕਿ ਸਾਰੀਆਂ ਧਿਰਾਂ ਨੇ, ਜਿਹੜੀ ਸਰਕਾਰ ਦਾ ਆਪਣਾ ਪੱਖ ਹੈ, ਜਿਹੜੇ ਅੰਮ੍ਰਿਤਪਾਲ ਹੋਰਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਆਪਣਾ ਪੱਖ ਹੈ, ਅਤੇ ਦੂਜੇ ਪਾਸੇ ਇੱਕ ਆਹ ਵੀ ਪੰਜਾਬੀਆਂ ਅੱਗੇ ਵੱਡਾ ਸਵਾਲ ਹੈ ਕਿ ਆਖਰ ਆਸਾਮ ਹੀ ਕਿਉਂ? ਹਾਂ ਨਹੀਂ, ਆਸਾਮ ਤਾਂ ਦੇਖੋ, ਪਹਿਲੀ ਗੱਲ ਤਾਂ ਇੱਥੇ ਜੇਲ੍ਹਾਂ ਧੁੰਨੀਆਂ ਪਈਆਂ ਨੇ ਜੀ, ਆਸਾਮ ਦੀ ਗੱਲ ਹੈ, ਜੇਲ੍ਹਾਂ ਧੁੰਨੀਆਂ ਪਈਆਂ ਨੇ, ਉਹਨਾਂ ਦੇ ਵਿੱਚ ਗੈਂਗਸਟਰ ਵੀ ਬੈਠੇ ਨੇ, ਠੀਕ ਹੈ, ਅਤੇ ਜੇ ਇਹਨਾਂ ਨੂੰ ਇੱਧਰ ਲੈ ਕੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਤਾਂ ਇਹ ਵੀ ਡਰ ਪੈਦਾ ਹੁੰਦਾ ਸਰਕਾਰ ਦੇ ਵੀ, ਇਹ ਉੱਥੇ ਜਾ ਕੇ ਵੀ ਨਾ ਗਰੁੱਪ ਬਣਾ ਲੈਣ ਜੀ, ਇਹ ਉੱਥੇ ਜਾ ਕੇ ਲੋਕਾਂ ਨੂੰ ਹੋਰ ਇਕੱਠਾ ਕਰ ਲੈਣ ਅੰਦਰੋਂ, ਉੱਥੋਂ ਸਾਜ਼ਿਸ਼ਾਂ ਨਿਕਲ ਸਕਦੀਆਂ ਨੇ, ਹੋਰ ਵੀ ਬਹੁਤ ਜ਼ਿਆਦਾ ਇਹ ਗੱਲ ਵਿਸਫੋਟਕ ਸਥਿਤੀ ਬਣ ਸਕਦੀ ਆ। ਤੀਜੀ ਗੱਲ, ਉਹ ਪੰਜਾਬ ਦੀਆਂ ਜੇਲ੍ਹਾਂ ਨੇ, ਅਤੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਇਕੱਠੇ ਹੋ ਸਕਦੇ ਆ, ਜੇਲ੍ਹਾਂ ਦੇ ਬਾਹਰ ਧਰਨੇ ਲੱਗ ਸਕਦੇ ਆ, ਠੀਕ ਹੈ, ਮਾਂ ਬਾਪ ਮਿਲਣ ਵਾਸਤੇ ਆ ਸਕਦੇ ਆ, ਜਾਂ ਜੋ ਵੀ ਹੈ ਬਾਹਰ ਇਕੱਠ ਹੋ ਸਕਦਾ, ਸਥਿਤੀ ਹੋਰ ਵਿਗੜ ਸਕਦੀ ਹੈ, ਧਰਨੇ ਰੋਸ ਪ੍ਰਦਰਸ਼ਨ ਹੋ ਸਕਦੇ। ਹੁਣ ਆਸਾਮ ਐਡੀ ਦੂਰ ਹੈਗਾ, ਜਾਣਾ ਵੀ ਔਖਾ ਪਹਿਲੀ ਤਾਂ ਗੱਲ, ਉੱਥੇ ਦੂਜੀ ਗੱਲ, ਇਸ ਜਿਹੜਾ NSA ਲੱਗਿਆ, NSA ਲੱਗਣ ਨਾਲ ਤੁਸੀਂ ਦੇਖੋ ਕਿ ਇਹ ਰਾਸ਼ਟਰੀ ਸੁਰੱਖਿਆ ਕਾਨੂੰਨ ਕਹਿੰਦੇ ਆ ਇਹਨੂੰ, ਨੈਸ਼ਨਲ ਸਿਕਿਉਰਿਟੀ ਐਕਟ, ਉਹਦੇ ਤਹਿਤ ਜਿਹੜੀ ਇਹ ਕਾਰਵਾਈ ਹੋ ਰਹੀ ਹੈ, ਤਾਂ ਉਹਦੇ ਵਿੱਚ ਅਪੀਲ ਦਲੀਲ, ਜਿਵੇਂ ਆਪਣੇ ਵਕੀਲ ਸਾਹਿਬ ਇੱਥੇ ਬੈਠੇ ਸੀ ਕਿ ਉਹਨਾਂ ਨੇ ਦੱਸਿਆ ਕਿ ਕੋਈ ਅਪੀਲ ਦਲੀਲ ਨਹੀਂ,
ਜਮਾਨਤ ਨਹੀਂ ਹੁੰਦੀ, 12 ਮਹੀਨੇ ਤਾਂ ਘੱਟੋ ਘੱਟ ਹੁੰਦੀ ਨਹੀਂ, ਅਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਕੋਈ ਉਹ ਨਹੀਂ ਹੁੰਦੀ, ਆਗਿਆ ਨਹੀਂ ਹੁੰਦੀ ਹੈਗੀ, ਤੋ ਮਾਨਸਿਕ ਤੌਰ 'ਤੇ ਵੀ ਕਮਜ਼ੋਰ ਕਰਿਆ ਜਾਂਦਾ ਦੂਰ ਰੱਖ ਕੇ। ਦੂਜਾ ਹੈਗਾ ਡਿਸਟੈਂਸ ਬਹੁਤ ਜ਼ਿਆਦਾ ਆ, ਆਸਾਮ ਦੀਆਂ ਜੇਲ੍ਹਾਂ ਵਰਗਿਆ, ਜਿੱਦਾਂ ਆਪਾਂ ਗੱਲ ਕਰਦੇ ਹਾਂ ਆਸਾਮ ਹੀ ਕਿਉਂ, ਕੋਈ ਹੋਰ ਸਟੇਟ ਵੀ ਚੁਣੀ ਜਾ ਸਕਦੀ ਸੀ। ਸਵਾਲ ਤਾਂ ਇਹ ਉੱਠਦਾ ਕਿ ਬਸ ਉਹਨਾਂ ਨੂੰ ਪੰਜਾਬ ਤੋਂ ਪਰੇ ਰੱਖਣਾ ਸੀ, ਦੂਰ ਰੱਖਣਾ ਸੀ, ਅਤੇ ਜਿੱਥੇ ਥਾਂ ਮਿਲੀ, ਜਿੱਥੇ ਅਲਾਓ ਕਰਿਆ ਸਰਕਾਰ ਨੇ ਜਾਂ ਸੈਂਟਰ ਨੇ ਜਿੱਥੇ ਕਿਹਾ ਹੋਊਗਾ ਕਿ ਉੱਥੇ ਲੈ ਜਾਓ, ਤਾਂ ਉੱਥੇ ਪਹੁੰਚਾ ਦਿੱਤੇ ਅਗਲੇ। ਜੀ ਬਿਲਕੁਲ। ਅਤੇ ਉਹ NSA ਤਾਂ ਤੁਸੀਂ ਕਿਹਾ ਵੀ ਕਿਉਂ NSA ਵਰਗੇ ਜਿਹੜੇ ਐਕਟ ਹੈਗੇ ਨੇ, ਇਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਅਪੀਲ ਦਲੀਲ ਕੋਈ ਨਹੀਂ ਹੈ। ਜੀ ਬਿਲਕੁਲ। ਸੋ ਇਸ ਕਰਕੇ ਇਹਨਾਂ ਨੂੰ ਇਹ NSA ਵਗੈਰਾ ਜਿਹੜਾ ਹੈਗਾ ਉਹ ਲਾਇਆ ਜਾਏਗਾ, ਤਾਂ ਕਿ ਕੋਈ ਅਪੀਲ ਦਲੀਲ ਨਾ ਕਰ ਸਕਣ, ਕਰਨ ਨੂੰ ਜਮਾਨਤਾਂ ਨਾ ਮਿਲ ਸਕਣ ਛੇਤੀ ਕਿਸੇ। ਬਿਲਕੁਲ। ਅਤੇ ਕੇਸਾਂ ਦੀ ਪੈਰਵਾਈ ਨਾ ਹੋ ਸਕੇ ਸੌਖਿਆਂ ਦੀ, ਉਹਦੇ ਕਰਕੇ ਜਿਹੜਾ ਹੈਗਾ ਇਹ NSA ਦਾ ਮਤਲਬ ਐਕਟ ਲਾਇਆ ਗਿਆ ਇਹਨਾਂ 'ਤੇ। ਜੀ ਬਿਲਕੁਲ। ਪਰਮਿੰਦਰ ਜੀ ਸ਼ੁਕਰੀਆ ਨਾਲ ਜੋੜਨ ਦੇ ਲਈ, ਧੰਨਵਾਦ। ਸ਼ੁਕਰੀਆ ਗੁਰਜਿੰਦਰ ਜੀ, ਧੰਨਵਾਦ ਜੀ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਤੁਸੀਂ ਹਰ ਵਾਰ ਦੀ ਤਰ੍ਹਾਂ ਜਿਹੜੀ ਤੁਹਾਡੀ ਫੀਡਬੈਕ ਹੈ, ਤੁਹਾਡੇ ਸੁਝਾਅ ਨੇ, ਸਾਨੂੰ ਕਮੈਂਟ ਬਾਕਸ 'ਤੇ ਜ਼ਰੂਰ ਰੱਖਿਓ। ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਣ ਪੰਜਾਬੀ ਦੇ ਨਾਲ। ਧੰਨਵਾਦ।